ਯਾਦ ਕੀਤਾ ਉਹਨਾਂ ਨੂੰ ਇੱਥੇ ਤੇ ਪੇਸ਼ਕਾਰ ਕਰਕੇ ਕਿ ਉਹ ਕੋਟ ਕੋਰੇ ਦੇ ਆਏ ਇਸ ਤੋਂ ਵਧੇਰੇ ਗੱਲ ਤਾਂ ਕਿਤੇ ਕਿਤੇ ਮੈਨੂੰ ਇਹ ਗੱਲ ਲੱਗਦੀ ਹੈ ਕਿ ਪੀਪਲ ਕੋਲ ਦੀ ਭੂਮਿਕਾ ਵੀ ਸਾਨੂੰ ਥੋੜ੍ਹੀ ਜਿਹੀ ਵਿਚਾਰਨੀ ਚਾਹੀਦੀ ਹੈ, ਉਹਨੇ ਦੇਖਣੀ ਚਾਹੀਦੀ ਹੈ ਜਾਂ ਇਹਨਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਅਤੇ ਬਹੁਤ ਸਾਰੀਆਂ ਸੰਸਥਾਵਾਂ ਜਾਂ ਸੈਰ ਸਭਾਵਾਂ ਜਾਂ ਹੋਰ ਜਿੱਥੇ ਦੁਨੀਆਂ ਕੰਮ ਕਰਦੀਆਂ ਪ੍ਰਾਂਤ ਕਰਕੇ ਉਹ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਉਹ ਇਸ ਲਈ ਕਰਦੀਆਂ ਕਿ ਚਾਹੇ ਲੇਖਕ ਨੇ ਤਾਂ ਲੇਖ ਸੰਸਥਾਵਾਂ ਬਣਾਉਂਦੇ ਕੋਈ ਆਪਣੇ ਆਪ ਦਾ ਪ੍ਰਕਾਰ ਕਰਨਾ ਚਾਹੁੰਦੇ ਜਾਂ ਆਪਣੀਆਂ ਲੇਖਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ। ਬਹੁਤ ਸਾਰੀਆਂ ਸੰਸਥਾਵਾਂ ਹੈ ਕਿ ਜਿਹਨਾਂ ਦਾ ਕੰਮ ਹੀ ਇਹ ਹੈ ਕਿ ਉਹਨਾਂ ਦੇ ਜੁੰਮੇ ਹੀ ਇਹ ਕੰਮ ਲੱਗਿਆ ਯੂਨੀਵਰਸਿਟੀਆਂ ਉਹ ਸੈਮੀਨਾਰ ਕਰਨ ਚਾਹੇ ਇਸ ਕਿਸਮ ਦੇ ਕੰਮ ਕਰਨ। ਜਦੋਂ ਕੋਈ ਜਥੇਬੰਦੀ ਜਿਹੜੀ ਖੁਦ ਪੋਸਟਰਾਂ ਦੀ ਲੇਖਕ ਨਹੀਂ ਜੋ ਪੋਸਟਰਾਂ ਦਾ ਕਿਸੇ ਉਹਦੇ 'ਤੇ ਜ਼ਿੰਮੇਵਾਰੀ ਨਹੀਂ ਕਿ ਕੋਈ ਸਰਕਾਰੀ ਤੌਰ 'ਤੇ ਇਸ ਬਾਵਜੂਦ ਵੀ ਕਿ ਅਜਿਹੇ ਕੰਮ ਕਰਦੀ ਹੈ ਤਾਂ ਉਹਦੀ ਇਸ ਗੱਲੋਂ ਪ੍ਰਸ਼ੰਸਾ ਕਰਨੀ ਬਣਦੀ ਹੈ। ਕਾਰਨ ਸ਼ਾਇਦ ਇਹਦੇ ਪਿੱਛੇ ਹੈ ਕਿ ਜੇ ਹਜ਼ੂਰ ਸਾਹਿਬ ਦੇ ਜਨਮਦਿਨ ਨੂੰ ਮਨਾਉਣ ਦਾ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਤਾਂ ਉਹਦੇ ਵੀ ਇਹ ਗੱਲ ਆ ਕਿ ਜਿਹੋ ਜਿਹਾ ਹਜ਼ੂਰ ਸਾਹਿਬ ਦਾ ਵਿਜਨ ਸੀਗਾ ਕਿ ਜ਼ਿੰਦਗੀ ਦੇ ਸਾਰੇ ਪਸਾਰ ਕਰਨੇ ਚਾਹੀਦੇ ਆ, ਚਾਹੇ ਉਹ ਸਹਿਤ ਹੋਵੇ, ਚਾਹੇ ਉਹ ਸੱਭਿਆਚਾਰ ਹੋਵੇ, ਚਾਹੇ ਉਹ ਭਾਸ਼ਾ ਹੋਵੇ, ਚਾਹੇ ਉਹ ਸਿਨੇਮਾ ਹੋਵੇ, ਚਾਹੇ ਵਾਤਾਵਰਨ ਬਾਰੇ ਹੋਵੇ, ਚਾਹੇ ਜਿਵੇਂ ਜਬਰ ਜੀ ਦੱਸ ਕੇ ਗਏ ਕਿ ਮਾਂ ਕ੍ਰਿਕਟ ਬਾਰੇ ਹੋਵੇ ਕਿ ਹਰ ਚੀਜ਼ ਬਾਰੇ ਇੱਕ ਛੋਟੇ ਸ਼ਹਿਰ ਦੇ ਵਿੱਚ ਉਸ ਤਰ੍ਹਾਂ ਦੀ ਅਵੇਅਰਨੈਸ ਪੈਦਾ ਕਰਨੀ ਜਿਹੜੀ ਕਿ ਪ੍ਰਪੋਜ਼ਲ ਦੇ ਵਿੱਚ ਆਈ ਹੈ। ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਇਹ ਫੰਕਸ਼ਨ ਆਰਗੇਨਾਈਜ਼ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਵੱਖਰੀ ਕਿਸਮ ਦੀ ਇਹ ਪਿਆਰ ਦੂਸਰੀ ਇੱਕ ਗੱਲ ਹੈ ਦੂਸਰਾ ਕਾਰਜ ਵੈਸੇ ਤਾਂ ਬਹੁਤ ਡਿਟੇਲ ਵਿੱਚ ਹੋ ਚੁੱਕੀ ਹੈ ਪਰ ਕੁਝ ਗੱਲਾਂ ਉਹਨਾਂ ਬਾਰੇ ਇਸ ਕਿਸਮ ਦੀਆਂ ਜ਼ਰੂਰ ਨੇ ਕਿ ਉਹਨਾਂ ਨੇ ਪੰਜਾਬੀ ਜਿਹੜੀ ਚੇਤਨਾ ਹੈ ਉਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਉੱਪਰ ਬਿਠਾਇਆ ਕਿ ਬਹੁਤ ਸਾਰੇ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਸਾਡੇ ਇਧਰਲੇ ਭਾਰਤ ਦੇ ਵਿੱਚ ਸਹਿਜ ਰਚਿਆ ਜਾਂਦਾ ਉਹ ਵੀ ਸਹਿਜ ਹੈ ਪਰ ਉਹਨਾਂ ਨੇ ਵਾਰ ਵਾਰ ਪਾਕਿਸਤਾਨੀ ਸਹਿਜ ਦੀ ਗੱਲ ਕੀਤੀ, ਪਾਕਿਸਤਾਨੀ ਸਹਿਜ ਨੂੰ ਰੂਪਾਂਤਰ ਕਰਾਉਣ ਦੀ ਕੋਸ਼ਿਸ਼ ਕੀਤੀ, ਪਾਕਿਸਤਾਨ ਨਾਲ ਰਲ ਕੇ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਨ ਦੀ ਗੱਲ ਕੀਤੀ, ਫਖਰ ਜ਼ਮਾਨ ਉਧਰੋਂ ਤੇ ਇਧਰੋਂ ਨੂਰ ਸਾਹਿਬ ਰਲ ਕੇ ਜੋ ਕੰਮ ਕਰਦੇ ਸੀਗੇ ਖਾਸ ਕਰਕੇ ਹਿੰਦੂ ਪਾਕਿਸਤਾਨ ਦੀ ਦੋਸਤੀ ਦੀ ਗੱਲ, ਦੋਵਾਂ ਸੱਭਿਆਚਾਰਾਂ ਨੂੰ ਫੈਲਾਉਣ ਦੀ ਗੱਲ, ਦੋਵਾਂ ਦੀ ਸਾਂਝ ਦੀ ਗੱਲ। ਇਸੇ ਤਰ੍ਹਾਂ ਕਿ ਬਹੁਤ ਜਿਹੜਾ ਸਾਡਾ ਸਹਿਤ ਆ ਉਹ ਬਾਹਰ ਆ ਭਾਰਤ ਤੋਂ ਵੀ ਬਾਹਰ ਤੇ ਪਾਕਿਸਤਾਨ ਤੋਂ ਵੀ ਬਾਹਰ ਉਹਨਾਂ ਨਾਲ ਸਭ ਨਾਲ ਰਾਬਤਾ ਰੱਖਣਾ, ਉਹਨਾਂ ਸਾਰਿਆਂ ਨੂੰ ਗਤੀਸ਼ੀਲਤਾ ਦੇਣੀ ਇਹ ਉਹਨਾਂ ਦੇ ਹਿੱਸੇ ਆਇਆ, ਇਹ ਇੱਕ ਬਹੁਤ ਵੱਡਾ ਉਹਨਾਂ ਦਾ ਪਸਾਰ ਸੀਗਾ। ਦੂਸਰੀ ਜਿਹੜੀ ਗੱਲ ਇਹ ਮਹੱਤਵਪੂਰਨ ਲੱਗਦੀ ਹੈ ਕਿ ਥੋੜ੍ਹੀ ਜਿਹੀ ਗੱਲ ਹੋ ਵੀ ਚੁੱਕੀ ਹੈਗੀ ਹੈ ਕਿ ਪੰਜਾਬ ਦੀ ਚੇਤਨਾ ਵਿੱਚ ਜੋ ਕੁਝ ਵੀ ਉਪਜਦਾ ਉਹ ਜੇ ਮੱਧ ਕਾਲ ਦੇ ਵਿੱਚ ਜਾਂ ਤਾਂ ਫਾਰਸੀ ਸਰੋਤਾਂ ਤੋਂ ਆਉਂਦਾ ਸੀ ਤੇ ਜਾਂ ਭਾਰਤੀ ਸਰੋਤਾਂ ਤੋਂ ਆਉਂਦਾ ਸੀ, ਤਾਂ ਆਧੁਨਿਕ ਕਾਲ ਵਿੱਚ ਜੋ ਵੀ ਸਾਡੀ ਚੇਤਨਾ ਉਹ ਜਾਂ ਸਿੱਖ ਚੇਤਨਾ ਦੇ ਵਿੱਚੋਂ ਆਉਂਦੀ ਹੈ ਜਾਂ ਮਾਰਕਸਵਾਦੀ ਚੇਤਨਾ ਤੋਂ ਆਉਂਦੀ ਹੈ, ਤੇ ਇਹਨਾਂ ਦੋਹਾਂ ਦੀ ਜਕੜਬੰਦੀ ਤੋਂ ਪਾਰ ਜਾ ਕੇ ਕੁਝ ਸੋਚਣਾ, ਵਿਚਾਰਨਾ ਜਾਂ ਦੋਹਾਂ ਦੇ ਵਿੱਚ ਸਮਨਵੇ ਕਰਨਾ ਇਹ ਬਹੁਤ ਮੁਸ਼ਕਲ ਸੀ। ਪਰ ਗੁਰੂ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇਹਨਾਂ ਦੋਹਾਂ ਨੂੰ ਹੀ ਸਮਝ ਕੇ ਉਸ ਤੋਂ ਪਾਰ ਜਾਣ ਦੀ ਗੱਲ ਕੀਤੀ, ਜਿਹੜੀ ਗੱਲ ਬਹੁਤ ਖੂਬਸੂਰਤੀ ਨਾਲ ਗਰੇਵਾਲ ਸਾਹਿਬ ਨੇ ਪਠਾਈ ਸੀ। ਮੈਨੂੰ ਇਹ ਵੀ ਲੱਗਦਾ ਹੈ ਕਿ ਗੁਰੂ ਸਾਹਿਬ ਅੱਜ ਜਿੰਨੇ ਵੀ ਬੁਲਾਰੇ ਬੋਲੇ ਬਹੁਤ ਦਿਲ ਤੋਂ ਬੋਲੇ, ਬਹੁਤ ਵਿਸਤਾਰ ਨਾਲ ਬੋਲੇ, ਤਾਂ ਉਹਦਾ ਕਾਰਨ ਵੀ ਇਹ ਸੀਗਾ ਕਿ ਪੰਜਾਬੀ ਸਹਿਤ ਸੱਭਿਆਚਾਰ ਜਾਂ ਸ਼ਬਦ ਸੱਭਿਆਚਾਰ ਦੇ ਵਿੱਚ ਹੀ ਅਕਸਰ ਹੀ ਗੱਲ ਮਸ਼ਹੂਰ ਸੀਗੀ ਕਿ ਯੂਨੀਵਰਸਿਟੀ ਵਿੱਚ ਕੋਈ ਵੀ ਸੈਮੀਨਾਰ ਹੋਣਾ ਤਾਂ ਅਕਸਰ ਇਹ ਸ਼ਬਦ ਵਰਤਿਆ ਜਾਂਦਾ ਸੀ ਕਿ ਰੂਹ ਜਗੀਰ ਆ ਗਏ, ਜੇ ਰੂਹ ਜਗੀਰ ਆ ਗਏ ਤਾਂ ਸੈਮੀਨਾਰ ਪੂਰਾ ਹੋ ਗਿਆ। ਤਾਂ ਉਹਨਾਂ ਦੀ ਇੱਕ ਜੋੜੀ ਹੈ ਜਿਹੜੀ ਉਹ ਡਾਕਟਰ ਜਗਵੀਰ ਹੋਰਾਂ ਨਾਲ ਸੀਗੀ ਅਤੇ ਇਸੇ ਕਰਕੇ ਉਹਨਾਂ ਨੇ ਉਹਨਾਂ ਦੀ ਸਾਰੀ ਵਿਕਾਸ ਨੂੰ ਸਾਡੇ ਸਾਹਮਣੇ ਰੱਖਿਆ। ਜਦੋਂ ਵੀ ਕਿਤੇ ਕੋਈ ਸੱਭਿਆਚਾਰਕ ਫੰਕਸ਼ਨ ਦੀ ਗੱਲ ਸੀ, ਕਿਤੇ ਕਵੀ ਦਰਬਾਰ ਦੀ ਗੱਲ ਸੀ, ਤਾਂ ਅਕਸਰ ਹੀ ਇਹ ਹੁੰਦਾ ਸੀਗਾ ਕਿ ਕਿਤੇ ਕੋਈ ਵੱਡਾ ਫੰਕਸ਼ਨ ਆਰਗੇਨਾਈਜ਼ ਕਰਨਾ ਹੈ ਤਾਂ ਕਈ ਵਾਰ ਇਸ ਕਿਸਮ ਦੀ ਵੀ ਗੱਲ ਹੁੰਦੀ ਸੀਗੀ ਕਿ ਕਿਤੇ ਕੋਈ ਫੰਕਸ਼ਨ ਵੱਡੀ ਪੱਧਰ ਤੇ ਆਰਗੇਨਾਈਜ਼ ਕਰਨਾ ਤੇ ਕਾਰ ਕਾਰ ਹੋ ਸਕਦੇ ਤੇ ਮੀਟਿੰਗ ਕਲੀਨ ਬੁਲਾ ਲਓ ਤਾਂ ਵੀ ਨੂਰ ਸਾਹਿਬ ਤੇ ਗਰੇਵਾਲ ਸਾਹਿਬ ਆ ਜਾਣ ਆਪੇ ਹੀ ਕਰ ਲੈਣਗੇ। ਤੇ ਇੱਕ ਜੋੜੀ ਇਹ ਸੀਗੀ ਜਿਹੜੀ ਗਰੇਵਾਲ ਸਾਹਿਬ ਨੇ ਕਿਹਾ ਵੀ ਚਾਹੇ ਯੂਨੀਵਰਸਿਟੀ ਵੱਲੋਂ ਫੰਕਸ਼ਨ ਆਰਗੇਨਾਈਜ਼ ਕਰਨੀ ਸੀ, ਚਾਹੇ ਐਸਜੀਸੀ ਵੱਲੋਂ ਕਰਨੀ ਸੀ, ਚਾਹੇ ਭਾਰਤੀ ਸਹਿਤ ਅਕੈਡਮੀ ਵੱਲੋਂ। ਇਹ ਕਹੇ ਕਿ ਹਰ ਸੱਭਿਆਚਾਰ ਦੇ ਵਿੱਚ ਹਰ ਭਾਸ਼ਾ ਦੇ ਵਿੱਚ ਇੱਕ ਆਪਣੇ ਤੌਰ ਦੀ ਪੋਲੀਟਿਕਸ ਵੀ ਹੁੰਦੀ ਹੈ, ਇੱਕ ਆਪਣੇ ਤੌਰ ਦਾ ਯਾਰੀ ਦੋਸਤੀ ਦਾ ਸਹਿਰਾ ਵੀ ਹੁੰਦਾ ਹੈ। ਖਾਸ ਕਰਕੇ ਜਦੋਂ ਕਵਿਤਾ ਦੀ ਜਦੋਂ ਵੀ ਗੱਲ ਕਰਦੇ
ਸੀਗਾ ਕਿ ਉਹੀ ਕੁਝ ਹੋਣਾ ਜੋ ਲੂਣ ਦੇ ਪਾਤਰ ਚਾਹੁੰਦੇ ਤਾਂ ਐਸ ਕਿਸਮ ਦੀ ਮਸਾਲੀ ਜਿਹੜੀਆਂ ਜੋੜੀਆਂ ਚਾਹੇ ਉਹ ਉਹਨਾਂ ਨੂੰ ਬਣਾਉਣੀਆਂ ਆਉਂਦੀਆਂ ਤੇ ਉਹ ਮਸਾਲੀ ਜੋੜੀਆਂ ਜਿਹੜੀਆਂ ਉਹ ਕੰਮ ਵੀ ਕਰਦੀਆਂ ਨੇਗੀਆਂ ਸਾਹਿਤ ਦੇ ਜਾਂ ਸੱਭਿਆਚਾਰ ਦੇ ਜਾਂ ਭਾਸ਼ਾ ਦੇ ਅੱਡ ਅੱਡ ਖੇਤਰ ਦੇ ਵਿੱਚ ਇੱਥੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਹਰੇਕ ਬੰਦੇ ਨੂੰ ਹਰੇਕ ਸ਼ਹਿਰ ਨੂੰ ਇਉਂ ਹੀ ਲੱਗਦਾ ਹੈ ਕਿ ਜਿਵੇਂ ਉਹ ਸਾਡੇ ਬਾਰੇ ਜਿਵੇਂ ਕੋਟਕਪੂਰੇ ਬਾਰੇ ਅਸੀਂ ਬਹੁਤ ਭਾਵਕ ਹਾਂ ਕਿਉਂਕਿ ਅਸੀਂ ਕੋਟਕਪੂਰੇ ਦੇ ਜੰਮੇ ਜਾਏ ਹਾਂ ਕਿ ਉਹ ਕੋਟਕਪੂਰੇ ਬਾਰੇ ਭਾਵਕ ਸੀਗੇ ਸਾਲ ਦੇ ਵਿੱਚ ਇੱਕ ਵਾਰੀ ਆਉਂਦੇ ਸੀਗੇ ਜਾਂ ਦੂਜੇ ਸਾਲ ਆਉਂਦੇ ਸੀ ਉਹਨਾਂ ਨਾਲ ਵੱਖ ਵੱਖ ਥਾਵਾਂ ਤੇ ਜਾਣ ਦਾ ਮੌਕਾ ਮਿਲਿਆ ਹਰ ਸ਼ਹਿਰ ਦੇ ਲੋਕਾਂ ਨੂੰ ਇਉਂ ਹੀ ਲੱਗਦਾ ਸੀ ਕਿ ਉਹ ਸਾਡੇ ਗਏ ਤੇ ਮੈਨੂੰ ਲੱਗਦਾ ਹੈ ਕਿ ਕੋਟਕਪੂਰੇ ਦਾ ਮਾਣ ਇਸ ਗੱਲ 'ਚ ਹੀ ਹੈ ਕਿ ਸਭ ਸ਼ਹਿਰ ਵਾਲੇ ਹੀ ਸਮਝਦੇ ਸੀ ਕਿ ਨੂਰ ਸਾਹਿਬ ਸਾਡੇ ਗਏ ਤੇ ਇਹ ਉਹਨਾਂ ਦੀ ਖਾਸੀਅਤ ਸੀਗੀ ਨਵੀਆਂ ਪ੍ਰਤਿਭਾਵਾਂ ਨਵੇਂ ਬੰਦਿਆਂ ਤੇ ਵਿਸ਼ਵਾਸ ਕਰਨਾ ਉਹਨਾਂ ਤੇ ਯਕੀਨ ਕਰਨਾ ਉਹਨਾਂ ਨੂੰ ਮੀਟਿੰਗ ਦੇਣੀ ਵੀ ਉਹਨਾਂ ਦੇ ਹਿੱਸੇ ਆਉਂਦੀ ਹੈ ਮੈਨੂੰ ਕੱਲ੍ਹ ਬਹੁਤ ਜ਼ਿਆਦਾ ਉਹ ਯਾਦ ਆ ਰਹੇ ਸੀਗੇ ਕਿ ਯੂਨੀਵਰਸਿਟੀ ਨੇ ਮੇਰੀ ਨਵੀਂ ਕਿਤਾਬ ਛਾਪੀ ਉੱਤਰ ਅਧਿਨਿਕਤਾ ਉੱਤਰ ਅਧਿਨਿਕਤਾ ਛਾਪੀ ਕੱਲ੍ਹ ਇਸ ਕਰਕੇ ਯਾਦ ਆ ਰਹੀ ਸੀ ਕਿਉਂਕਿ ਦੂਜੀ ਐਡੀਸ਼ਨ ਹੈ ਕੱਲ੍ਹ ਉੱਤਰ ਅਧਿਨਿਕਤਾ ਦੀ ਦੁਬਾਰਾ ਯੂਨੀਵਰਸਿਟੀ ਨੇ ਛਾਪੀ ਹੈ ਪਹਿਲੀ ਐਡੀਸ਼ਨ ਖਤਮ ਹੋ ਗਈ ਪਹਿਲੀ ਐਡੀਸ਼ਨ ਦਾ ਕੋਟਕਪੂਰੇ ਫੰਕਸ਼ਨ ਰੱਖਿਆ ਤੇ ਬਹੁਤ ਸਾਰੇ ਸੰਮੇਲਨ ਬੈਠੇ ਜਿਹਨੂੰ ਉਸ ਫੰਕਸ਼ਨ ਵੀ ਲਿਆ ਸੀ ਤੇ ਆਮ ਕਰਕੇ ਫੰਕਸ਼ਨ ਉਸੇ ਤਰ੍ਹਾਂ ਹੀ ਹੁੰਦਾ ਹੈ ਕਿ ਵੀ ਫੰਕਸ਼ਨ ਸ਼ੁਰੂ ਕਰਨਾ ਹੈ 10 ਵਜੇ ਜਿਵੇਂ ਅੱਜ ਅਸੀਂ ਟਾਈਮ ਤੇ 10 ਵਜੇ ਨੂੰ ਰਿਸਟ੍ਰਿਕਟ ਰੱਖਣਾ ਪਰ 10:30 ਹੋ ਜਾਣਾ ਅਸੀਂ ਇਹਦੇ ਘਰੇ ਬੈਠੇ ਹਾਂ ਨੂਰ ਸਾਹਿਬ ਦਾ ਫੋਨ ਆ ਗਿਆ ਵੀ ਕੋਟਕਪੂਰੇ ਸਕੂਲ ਫੰਕਸ਼ਨ ਸੀ ਸਕੂਲ ਅਜੇ ਕੋਈ ਪਹੁੰਚੇ ਹੀ ਲੁਧਿਆਣਾ ਬੱਸ ਫੜ ਕੇ ਉਹਨਾਂ ਦਾ ਇਸ ਤਰ੍ਹਾਂ ਆ ਜਾਣਾ ਮੈਨੂੰ ਲੱਗਦਾ ਹੈ ਕਿ ਆਮ ਦੇ ਜਿਹੜੀ ਉਹਦੀ ਟਰੈਵਲਿੰਗ ਵਾਲੀ ਗੱਲ ਹੈ ਜਿਹਨੂੰ ਅਸੀਂ ਪਤਾਸੀ ਵਾਲੀ ਗੱਲ ਕਹਿੰਦੇ ਹਾਂ ਕਿ ਵਾਰ ਵਾਰ ਥਾਵਾਂ ਤੇ ਜਾ ਲੈਣਾ ਮੈਨੂੰ ਲੱਗਦਾ ਕਿ ਬਹੁਤ ਸਾਰੇ ਗੁਣ ਸੀਗੇ ਨੂਰ ਸਾਹਿਬ ਦੇ ਉਹਨਾਂ ਦੇ ਵਿੱਚੋਂ ਕੁਝ ਵੀ ਅਸੀਂ ਸਿੱਖ ਸਕੀਏ ਚਾਹੇ ਨਵੇਂ ਬੰਦਿਆਂ ਨੂੰ ਰੈਕੋਗਨਾਈਜ਼ ਕਰਨ ਵਾਲਾ ਚਾਹੇ ਥਾਂ ਥਾਂ ਤੇ ਜਾਣ ਵਾਲਾ ਚਾਹੇ ਖੁੱਲੇ ਮਨ ਨਾਲ ਹਰ ਚਾਰ ਧਾਰਾਂ ਨੂੰ ਸੁਣਨ ਵਾਲਾ ਚਾਹੇ ਦੇਸ਼ ਦੇਸ਼ ਦੇ ਵਿੱਚ ਕੋਲ ਪੜਨ ਵਾਲਾ ਜਿੰਨੀਆਂ ਵੀ ਗੱਲਾਂ ਅਸੀਂ ਆਤਮ ਸਾਤ ਕਰ ਲਈਏ ਇਹੀ ਉਹਨਾਂ ਨੂੰ ਸ਼ਰਧਾਂਜਲੀ ਆ ਇਹੀ ਉਹਨਾਂ ਦੇ ਦੁਨੀਆਂ ਤੇ ਚੱਲਣ ਵਾਲੀ ਗੱਲ ਹੋ ਸਕਦੀ ਹੈ ਜਪਰ ਸਾਹਿਬ ਨੇ ਹਜੇ ਉਹਨਾਂ ਦੀ ਅੱਜ ਥੋੜ੍ਹੀ ਜਿਹੀ ਉਹਨਾਂ ਦੀ ਆਵਾਜ਼ ਬੋਲ ਕੇ ਦਿਖਾਇਆ ਉਹਨਾਂ ਦੀ ਮਿਮਿਕਰੀ ਕੀਤੀ ਅਕੈਡਮਿਕ ਹਾਲਤਾਂ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਮਿਮਿਕਰੀ ਚੱਲਦੀ ਹੈ ਉਹਨਾਂ ਨੇ ਬਹੁਤ ਜ਼ਿਆਦਾ ਸਕੈਚ ਬਣਾਏ ਹੋਏ ਆ ਬਹੁਤ ਸਾਰੇ ਜਪਰ ਸਾਹਿਬ ਵੀ ਬਣਾਏ ਹੋਏ ਆ ਵੱਖ ਵੱਖ ਐਂਗਲਸ ਤੋਂ ਤਾਂ ਉਸ ਬੰਦੇ ਦੇ ਵਿੱਚ ਉਸ ਚਿੰਤਕ ਦੇ ਵਿੱਚ ਇੰਨਾ ਪੋਟੈਂਸ਼ੀਅਲ ਸੀ ਕਿ ਉਹਨੂੰ ਵੱਖ ਵੱਖ ਕੋਨਾਂ ਤੋਂ ਵੇਖਿਆ ਜਾ ਸਕਦਾ ਹੈ ਵੱਖ ਵੱਖ ਢੰਗ ਨਾਲ ਉਹਨੂੰ ਸਮਝਿਆ ਜਾ ਸਕਦਾ ਹੈ ਮੈਨੂੰ ਇਸ ਗੱਲ ਦੀ ਨਿੱਜੀ ਤੌਰ ਤੇ ਬੜੀ ਤਸੱਲੀ ਹੈ ਲਗਭਗ ਜਦੋਂ ਤੋਂ ਮੇਰਾ ਅਕੈਡਮਿਕ ਕੈਰੀਅਰ ਸ਼ੁਰੂ ਹੋਇਆ 25 ਸਾਲ ਲਗਭਗ ਉਹਨਾਂ ਨਾਲ ਵਿਚਰਨ ਦਾ ਉਹਨਾਂ ਨਾਲ ਸਾਂਝ ਪਾਉਣ ਦਾ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ ਮੈਨੂੰ ਲੱਗਦਾ ਕਿ ਮੇਰੇ ਲਈ ਬਹੁਤ ਅਨਪਾਗ ਅੱਜ ਇਸ ਪੰਥ ਤੇ ਆ ਕੇ ਬਹੁਤ ਕਵੀਆਂ ਨੂੰ ਸੁਣਨਾ ਚਾਹੀਦਾ ਕਵੀ ਨੂੰ ਜਿੰਨੀ ਪੇਸ਼ੈਂਸ ਨਾਲ ਨੂਰ ਸਾਹਿਬ ਸੁਣਦੇ ਸੀ ਮੈਨੂੰ ਲੱਗਦਾ ਕਿ ਸਟੇਜ ਤੇ ਬੈਠੇ ਬੰਦੇ ਵੀ ਤੇ ਅੱਗੇ ਬੈਠੇ ਬੰਦਿਆਂ ਦੀ ਅੱਗੇ ਅਕਸਰ ਹੀ ਕਾਹਲੀ ਪੈ ਜਾਂਦੀ ਹੁੰਦੀ ਆ ਸਟੇਜ ਤੇ ਬੈਠਣ ਨੂੰ ਹੁੰਦਾ ਕਿ ਜਿਹੜਾ ਪਹਿਲਾਂ ਹੰਕਾਰਾ ਚੇਤੀ ਆਪਣਾ ਬੋਲ ਕੇ ਹਟ ਜੇ ਮੈਂ ਬੋਲਾਂ ਇੱਧਰ ਬੈਠਿਆਂ ਨੂੰ ਹੁੰਦਾ ਵੀ ਕਦੋਂ ਇਹ ਹਟਣਗੇ ਪਰ ਪਤਾ ਨਹੀਂ ਨੂਰ ਸਾਹਿਬ ਦਾ ਕਿਸ ਕਿਸਮ ਦਾ ਮਾਣ ਸੀਗਾ ਕਿ ਜਿਸ ਪੰਥ ਜਾ ਕੇ ਬੈਠ ਜਾਂਦੇ ਸੀਗੇ ਉਹਨਾਂ ਨੇ ਗੱਡੀ ਵੀ ਫੜਨੀ ਹੁੰਦੀ ਸੀ ਸਭ ਕੁਝ ਹੁੰਦਾ ਸੀਗਾ ਪਰ ਉਹਨਾਂ ਨੇ ਕਦੇ ਯਾਦ ਕੀਤੀ ਹੁੰਦਾ ਸੀ ਨਾ ਕਦੇ ਚਿਹਰੇ ਤੇ ਨਾ ਮਾਣ ਤੇ ਇਸ